के साथ, चलो चलो इमरान के साथ, चलो चलो साफ चली शफाफ चली तहरीके इंसाफ। जगह भी बाव के रही है, कैरी जगह अच्छी नहीं है, बठार बठार आज इसना मतलब ऐसा मीटिंग अपन में जो तो मीटिंग बुलाई इसने जो चोरी रियासत और सारे और भी संगी दोस्त जो जी अकबर फिर मैं सारे लोग शामिल हैं तो इंशाल्लाह नंबरदार रानी कामयाबी हो गए माशाल्लाह जड़े असानी दावत की माशाल्लाह इस नामी जड़े बहुत जड़े अच्छी दावत की ने बड़ा अच्छा इस्तकबाल किया ने खुश आमदीद मेहरबानी उन्होंने। चलो चलो इमरान के साथ, चलो चलो इमरान के साथ, चलो चलो साफ चली शफाफ चली तहरीके इंसाफ चली, साफ चली शफाफ चली तहरीके इंसाफ चली, एक दूजे का थामो हाथ, चलो चलो इमरान के साथ, एक दूजे का थामो हाथ, चलो चलो इमरान के साथ, साफ चली शफाफ चली तहरीके इंसाफ चली, साफ चली शफाफ चली तहरीके इंसाफ चली।
ਅੱਜ ਮੈਂ ਤੁਸੀਂ ਕੀ ਮਾੜੇ ਨਾਲ ਰਹੀ ਹੈ ਜੇ ਮਾੜੇ ਦੋਸਤ ਭਰਾ ਕੋਈ ਹੈ ਨਾ ਕਿ ਜਿਹੜੀ ਜਿਹੜੀ ਗੱਲ ਆ ਉਹ ਮੰਨਿਆ ਲੈ ਲਓ ਤੁਸਾਂ ਚੋਂ ਇੱਥੇ ਤੁਸਾਂ ਨਾਲ ਕੋਈ ਵੋਟਰ ਸਪੋਟਰ ਐਸਾ ਕੋਈ ਸ਼ਾਇਦ ਪੁੱਛ ਗਿਆ ਨਾ ਉਸ ਨਾਲ ਬਈ ਕੋਈ ਹੋਣਾ ਨਾ ਬਈ ਥਾਣੇ ਕਚਹਿਰੀ ਦੀਆਂ ਵਕੀਲਾਂ ਦੀਆਂ ਬਗੈਰ ਫੀਸਾਂ ਤੁਸਾਂ ਨਾਲ ਕੰਮ ਹੋ ਸਕੇ ਹੋਰ ਤੁਸੀਂ ਦੱਸਣੇ ਆ ਬਈ ਕਈਆਂ ਬੰਦਿਆਂ ਨਾਲ ਆਉਣਾ ਬਈ ਇਹ ਜੀ ਕੰਮ ਆਖਿਆ ਸੀ ਕਈ ਤੁਸੀਂ ਜ਼ਾਤੀ ਕੰਮ ਆਪਣੇ ਵੀ ਉਹ ਦੇਸ ਫਿਰ ਹੋਈ ਜਾਣੇ ਲੇਕਿਨ ਤੁਸਾਂ ਨੇ ਨੀਅਤ ਠੀਕ ਹੋਣੀ ਚਾਹੀਦੀ ਇਨਸ਼ਾਅੱਲਾ ਅੱਲਾਹ ਜੀ ਮੈਂ ਇਸ ਗੱਲ ਨਾਲ ਕਾਇਲ ਹਾਂ ਕਿ ਬੰਦੇ ਦੇ ਅੰਦਰ ਜਜ਼ਬਾ ਹੈ ਨਾ ਕੰਮ ਹੋਈ ਜਾਣੇ ਅੱਲਾਹ ਮਦਦ ਕਰਨਾ ਜਿਹੜੇ ਕੁਛ ਵਾਲੇ ਕੰਮੇ ਦੀ ਖਾਤਰ ਤੋਂ ਟੁੱਟ ਤੋਂ ਅੱਲਾਹ ਮਦਦ ਔਰ ਮੈਂ ਇੱਕ ਇਹ ਦੱਸਣਾ ਕਿ ਅੱਲਾਹ ਨਾ ਕਰਮ ਐਸਾ ਕਿ ਇਸ ਵੇਲੇ ਮੈਂ ਸਾਡੀਆਂ ਨੌ ਵਾਰਡਾਂ ਔਰ ਮੈਂ ਤੁਹਾਨੂੰ ਗਰੰਟੀ ਨਾਲ ਦੱਸ ਸਕਣਾ ਕਿ ਅਗਰ ਇਹ ਇਲੈਕਸ਼ਨ ਹੋਣੇ ਤਾਂ 8 ਵਾਰਡਾਂ ਅਸੀਂ ਜਿੱਤਣੇ ਆ ਨੌਵੀਂ 'ਚ ਵੀ ਇਨਸ਼ਾਅੱਲਾ ਸਾਡਾ ਮੁਕਾਬਲਾ ਹੋ ਇੱਕ ਕੁਦਰਤੀ ਤੌਰ ਉਸ ਮੈਂ ਆਹਾਂ ਕੋਈ ਮਾੜੀ ਕੋਈ ਉਸੇ ਕੋਈ ਖੂਬੀ ਸੀ ਨਹੀਂ ਐਸਾ ਇੱਕ ਸਿਸਟਮ ਬਣਿਆ ਕਿ ਅੱਜ ਨਾ ਹੀ ਕੋਈ ਜਮਾਤ ਵਾਲੀ ਗੱਲ ਰਹੀ ਨਾ ਹੀ ਕੋਈ ਐਸਾ ਜਿਹੜਾ ਮਾਮਲਾ ਵੀ ਬੰਦੇ ਟਿਕਟਾਂ ਪਿੱਛੇ ਮੈਂ ਤੱਕਿਆ ਨਾਰਾਜ਼ ਹੋਣੇ ਝਗੜੇ ਹੋਣੇ ਸਾਰੀਆਂ ਗੱਲਾਂ ਕਿਆ ਕਿਆ ਗੱਲਾਂ ਹੋਣੀਆਂ ਲੇਕਿਨ ਮੈਂ ਮਿਨਿਸਟਰ ਸਾਹਿਬ ਕੀ ਖੁਦ ਹੈ ਚੇਅਰਮੈਨ ਸਾਹਿਬ ਕੀ ਪਤਾ ਜਿਹੜਾ ਮੈਂ ਇਸ ਤਰ੍ਹਾਂ ਕਰਨੇ ਅਸਾਂ ਆਜ਼ਾਦ ਇਲੈਕਸ਼ਨ ਲੜ ਸਕ ਜ਼ਿਆਦਾ ਵੋਟ ਕਈ ਬੰਦੇ ਇੱਕ ਝੰਡੇ ਤੋਂ ਇੱਕ ਪਾਰਟੀ ਤੋਂ ਮੈਂ ਆਉਣਾ ਇਹਨਾਂ ਗੱਲਾਂ ਤੋਂ ਅੱਡੀ ਤਾਂ ਸਹੀ ਕੰਮ ਕਰਨਾ ਚਾਹੀਦਾ ਜਿਹੜਾ ਤੁਹਾਡੀ ਨੀਅਤ ਠੀਕ ਹੈ ਕੋਈ ਮੈਂ ਪਾਰਟੀਆਂ ਨੇ ਜਿੱਥੇ ਤੱਕਣੇ ਆ ਕੋਈ ਜਿਤਨੇ ਤੁਸੀਂ ਕੋਈ ਨਾ ਚੇਗਣੋ ਬਈ ਅਗਰ ਸਾਡੇ ਹਰੀ ਅਸਾਂ ਡਡਿਆਲ ਨਹੀਂ ਗੱਲ ਕਰਨੇ ਕਿਹੜਾ ਬੰਦਾ ਇੱਕ ਪਾਰਟੀ 'ਚ ਰਿਹਾ ਜਿਹੜੇ ਅੱਜ ਤੁਹਾਡੇ ਤੱਕ ਇਲੈਕਸ਼ਨ ਬਾਕੀ ਉਸ ਤੋਂ ਅੱਡੀ ਤਾਂ ਮੈਂ ਤੁਸੀਂ ਦੱਸਣਾ ਚਾਚਾ ਅਲੀ ਮੁਹੰਮਦ ਸਾਡੇ ਅੱਜ ਦੁਨੀਆ ਪਰ ਨਹੀਂ ਅਸਾਂ ਨਹੀਂ ਵੋਟ ਦਿੱਤੀ ਮੈਂ ਅੱਜ ਤੁਸੀਂ ਬਾਣਾ ਲੇਕਿਨ ਅੱਜ ਉਹਨੂੰ ਜਗ੍ਹਾ ਵੀ ਜੇ ਤੁਸੀਂ ਉਸ ਕਿਸੇ ਬੰਦੇ ਲੋੜੋ ਤਾਂ ਤੁਸੀਂ ਨਹੀਂ ਲੱਭਣ ਬਈ ਬੰਦਾ ਜਿਹੜਾ ਆ ਗੱਲ ਕਰਿਆ ਸੀ ਮੂੰਹਾਂ ਪਰ ਗੱਲ ਕਰਨੀ ਚਾਹੀਦੀ ਬਈ ਕਈ ਦਫ਼ਾ ਤੁਸੀਂ ਗਲਤ ਗੱਲ ਜਾਣੀ ਕਈ ਦਫ਼ਾ ਸਹੀ ਲੇਕਿਨ ਤੁਸੀਂ ਕੀ ਬੋਲਣਾ ਚਾਹੀਦਾ ਅੱਜ ਇਸ ਕਿਸਮ ਨੇ 60 ਸਾਲ ਤੁਰੇ ਆ ਤਾਂ ਉਹਨਾਂ ਨਾਲ ਹੀ ਅੱਜ ਇਹ ਗੱਲ ਇਸ ਕਿਸਮ ਨੇ ਆਈ ਕਿ ਲੀਡਰ ਤੁਸੀਂ ਕੀ ਗੱਲ ਹੀ ਨਹੀਂ ਕਰਦੇ ਪਿੱਛੇ ਜਿਹੜਾ ਨਾ ਬਈ ਸੌ ਗੱਲਾਂ ਦੱਸਣ ਮੂੰਹਾਂ ਪਰ ਤੁਸੀਂ ਪਰ ਅੱਜ ਗੱਲ ਕਰਨੀ ਚਾਹੀਦੀ ਬਈ ਇਸ ਕਿਸਮ ਦੀਆਂ ਮੈਂ ਤੱਕਣਾ ਬਈ ਕਮੀਆਂ ਔਰ ਚਾਚੇ ਅਲੀ ਮੁਹੰਮਦ ਨਾਲ ਸਾਡੀ ਇਹ ਜਿਹੜੀ ਉਹਨਾਂ ਪਰ ਮਾਮਲਾ ਆਇਆ ਇਸ ਤੋਂ ਪਹਿਲਾਂ ਇੰਗਲੈਂਡ ਯੂਸਫ ਸਾਹਿਬ ਨਾਲ ਗਏ ਸਾਡੇ ਰਾਧਰ ਮੀ ਸਾਡੇ ਮਾਵਾਂ ਸਨ ਉੱਥੇ ਉਹਨਾਂ ਨੇ ਘਰ ਸਾਡੀ ਗੱਲ ਹੋਈ ਅਤੇ ਕੋਈ ਚਾਚੇ ਆਖਿਆ ਕੋਈ ਕਿਸੇ ਜਗ੍ਹਾ ਤੁਸੀਂ ਟਾਈਮ ਰੱਖੋ ਜੀ ਮਾੜੀ ਜੀ ਗਲਤੀ ਹੈ ਮੈਂ ਮਾਫ਼ੀ ਮੰਗ ਸਾਂ ਲੇਕਿਨ ਇੱਕ ਪੁਆਇੰਟ ਹੈ ਕਿ ਅਸੀਂ ਇਕੱਠੇ ਹਾਂ ਅੱਜ ਕੱਲ੍ਹ ਇਹ ਹੈ ਕਿ ਜ਼ਰਾ ਜ਼ਰਾ ਗੱਲ ਕਰੀ ਤੁਸੀਂ ਆਪਣੀ ਆਪਣੀ ਜਗ੍ਹਾ 'ਤੇ ਸਾਂ ਔਰ ਬਸ ਜਿਹੜਾ ਬੰਦਾ ਇਸ ਇਤਨੇ ਮੁਕਾਮ ਪਰ ਮਿਨਿਸਟਰ ਰਿਹਾ ਹੋਇਆ ਸਾਰੀਆਂ ਚੀਜ਼ਾਂ ਉਹੀ ਮੈਂ ਮਸਲ ਇਹ ਗੱਲ ਆਖੀ ਉੱਥੇ ਮੈਂ ਘੱਲਿਓ ਕੋਈ ਫੈਸਲਾ ਨਾ ਕਰ ਸਕੋ ਕੋਈ ਸਾਰੇ ਅਸਾਂ ਬੇਸਾਂ ਜਿਹੜੇ ਜਿਹੜੇ ਆਏ ਹਨ ਅਤੇ ਅਸਾਂ ਕੋਈ ਸਿਰਫ ਲੇਕਿਨ ਅੱਲਾਹ ਤਾਲਾ ਕੋਈ ਉੱਥੇ ਦੀਆਂ ਟਾਈਮ ਹੀ ਨਹੀਂ ਆਇਆ ਔਰ ਕੋਈ ਅੱਜ ਮਸਲਨ ਹੁਣ ਕਈ ਇੱਥੇ ਹੈਨ ਸਾਡੇ ਉਹਨਾਂ ਨੇ ਅਜ਼ੀਜ਼ ਮੀ ਆਖਣੇ ਫੇਸਬੁੱਕ ਔਰ ਕਿਸੇ ਜਿਹੜੇ ਸਿਆਫ ਤੋਂ ਸੋਲਾ ਫੋਟੋ ਲਗਾ ਮੈਂ ਕਿਸੇ ਬੰਦੇ ਕੀ ਨਹੀਂ ਆਖਿਆ ਫੋਟੋ ਨਾ ਹੀ ਕੋਈ ਗੱਲ ਹਾਂ ਮੈਂ ਤੁਸੀਂ ਦੱਸਾਂ ਮੈਂ ਕਲੀਅਰ ਕਰਨਾ ਤੁਸਾਂ ਨੇ ਜਿਹੜੀਆਂ ਚੀਜ਼ਾਂ ਮੈਂ ਕੋਈ ਸਾਬਤ ਨਹੀਂ ਹੋਇਆ ਮਾੜਾ ਅਗਰ ਕੋਈ ਤਲਕ ਵਾਲਾ ਮੈਂ ਟਿਕਟ ਮਿਲਿਆ ਕੋਈ ਬੰਦਾ ਮੁਬਾਰਕ ਦਾ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜਨਾ ਪਿਆ ਪਰ ਮੈਂ ਤੁਹਾਨੂੰ ਇਮਾਨੀ ਗੱਲ ਦੱਸਣਾ ਵੈਸੇ ਬੰਦੇ ਕੀ ਕਸਮਾਂ ਕਰਾਉਣ ਚਾਹੁੰਦੇ ਦੀ ਜ਼ਰੂਰਤ ਨਹੀਂ ਲੇਕਿਨ ਇਹ ਹੈ ਕਿ ਉਸਨੇ ਤੋਂ ਹਟੀ ਦਾ ਅਗਰ ਉਹ ਜਣੇ ਇਸ ਗੱਲ ਕਰਨੇ ਨਾ ਮੈਂ ਖੁਦ ਮੈਂ ਆਉਣਾ ਬਈ ਮੈਂ ਜ਼ਿੰਦਾ ਆਉਣਾ ਬਈ ਮੈਂ ਜਿਹੜੀ ਗੱਲ ਕਰਨਾ ਮੈਂ ਜ਼ਿੰਮੇਦਾਰੀ ਨਾਲ ਕਰਨਾ ਮੈਂ ਜੇਲ੍ਹ 'ਚ ਗਿਆ ਇਹ ਜਣੇ ਜਿਹਨਾਂ ਨੇ ਗੱਲ ਕਰਨੇ ਵਿੱਚ ਨਾ ਫੋਟੋ ਇਰਫਾਨ ਔਰ ਇਹ ਜਣੇ ਬੇਲੀ ਵਾਲੇ ਇੱਕੇ ਜਗ੍ਹਾ ਇੱਕੇ ਕਮਰੇ 'ਚ ਇੱਕੇ ਇਹਨਾਂ ਨਾਲ ਅੱਛਾ ਆਪ ਗੱਪ ਸ਼ੱਪ ਤਲਕ ਸਾਰਾ ਬਈ ਮੈਂ ਇਹ ਜੀ ਬਈ ਨਾ ਕਮਜ਼ੋਰ ਮੈਂ ਜ਼ਹਿਨ ਨਾ ਬੰਦਾ ਅਤੇ ਨਾ ਹੀ ਕਦੇ ਮੈਂ ਇਹ ਜੀ ਕਮਜ਼ੋਰ ਗੱਲ ਕਰਨਾ ਅਤੇ ਇਸ ਵਾਸਤੇ ਇਹ ਜਿਹੜੀਆਂ ਪ੍ਰੋਪਗੰਡੇ ਹੋਣੇ ਔਰ ਮੈਂ ਤੁਸੀਂ ਦੱਸਣਾ ਬਈ ਇਨਸ਼ਾਅੱਲਾ ਬਈ ਜਿਹੜੀ ਗੱਲ ਕਰ ਸਕਾਂ ਮੂੰਹ ਪਰ ਔਰ ਜਿਹੜਾ ਹੋਇਆ ਨਾ ਬਈ ਮਾਮਲਾ ਇਹ ਇਲੈਕਸ਼ਨ ਬਈ ਸ਼ਾਇਦ ਅੱਗੇ ਮੈਂ ਪਹਿਲੀ ਗੱਲ ਕੀਤੀ ਸ਼ਾਇਦ ਵਹਿਣ ਵੀ ਨਾ ਲੇਕਿਨ ਫਿਰ ਵੀ ਅੱਜ ਤੁਸਾਂ ਨਾਲ ਇਹ ਬੈਠੇ ਹਾਂ ਤੁਸੀਂ ਦੱਸਿਆ ਜਿਹੜਾ ਚਾਰੇ ਵਾਸਤੇ ਔਰ ਨਹੀਂ ਚੇਅਰਮੈਨ ਸਾਹਿਬ ਨੇ ਲੇਕਿਨ ਇੱਕ ਮੈਂ ਤੁਸੀਂ ਦੱਸਾਂ ਬਈ ਕੁਛ ਜਗ੍ਹਾ ਵੀ ਇਨਸ਼ਾਅੱਲਾ ਤੁਸੀਂ ਕੀ ਇਸ ਤੋਂ ਪਹਿਲੇ ਵੀ ਤੁਸੀਂ ਚੱਲੇ ਰਹੇ ਹੋ ਔਰ ਇੱਕ ਅਸਾਂ ਬਿਹਤਰੀਨ ਟੀਮ ਨੇ ਸੂਰਤ ਦੀ ਔਰ ਮੈਂ ਤੁਸੀਂ ਕੀ ਦਾਅਵੇ ਨਾਲ ਆਖਣਾ ਇਨਸ਼ਾਅੱਲਾ ਤੁਸੀਂ ਮਜ਼ਾ ਆ ਸੀ ਕਿਸੇ ਹਾਂ ਬਾਕੀ ਜਿਹੜਾ ਨਾ ਇਹ ਤੇ ਚੀਜ਼ਾਂ ਜਿਹੜੀਆਂ ਨਾ ਬੜੇ ਕਈ ਅੱਲਾਹ ਤਾਲਾ ਬੜੇ ਬੜੇ ਲੋਕਾਂ ਦੀ ਮੁਕਾਮ ਲੇਕਿਨ ਇਹ ਆ ਕਿ ਅਸਾਂ ਬੇਸ਼ੁਮਾਰ ਚੀਜ਼ਾਂ ਹੈਨ ਕੋਈ ਜਿਹਨਾਂ ਤੁਸੀਂ ਦੱਸ ਸਕਣੇ ਆ ਕਿ ਕਦੇ ਨਾ ਹੀ ਕੋਈ ਲਾਲਚ ਰੱਖਿਆ ਅਤੇ ਨਾ ਹੀ ਕੋਈ ਜ਼ਹਿਨ 'ਚ ਰੱਖੀ ਬਈ ਅਸਾਂ ਕਿਸੇ ਨੇ ਕੰਮ ਅੱਜ ਸਾਂ ਤਾਂ ਕੱਲ੍ਹ ਅਸਾਂਗੇ ਔਰ ਦੂਜੀ ਤੁਸੀਂ ਦੱਸਣੇ ਆ ਕਿ ਮੈਂ ਇਹ ਆਖਣਾ ਇਸ ਇਲੈਕਸ਼ਨ 'ਚ ਅਗਰ ਇਲੈਕਸ਼ਨ ਹੋਣੇ ਮਾੜੇ ਤੋਂ ਕੋਈ ਬਿਹਤਰ ਬੰਦਾ
उसकी कोई बंदा वोट देना असां की फिर भी कोई नाराज की लेकिन असां की गल दस है मैं दसना भाई साढ़े को किस तरीके नाल बंदा बेहतर है इस वेले जिहड़े कैंडीडेट है कोई दसन किहड़े तरीके नाल मी कन्विंस करन वोट देन साढ़े मुखालफ लेकिन फिर भी उन्होंने अगर कोई काम ऐसा काम अच्छा दूई दफा असां की देई वा कोई इस गल्ल पे कोई नाराज की बाकी जरा तुम हर चीज गुजरे हो बेहतर समझने हो तो हूँ जी पहले आले ऐसा है सी ना वो सिस्टम वो नहीं हो रहे तुम अज भी वो एक तलक पालने रियासतने कोई वादा असा को अच्छी तरह बहने से बड़ी गल् कर रहे थे जिस भाई तारक होने दस होने से जो साबर होना चलो गप शप लाने पर अजकल ये बड़ी कमियां हो गई बंदे कोई गल बात नहीं कर रहे हर जगह हर बंदा जरा वो ठीक है लेकिन महफल को बंद बोलो कोई बाकी चलो हूँ टाइम सर है तो इनशाला जेकर इलेक्शन होए तो फिर तो अल्लाह ने तरफ कोई कम सीधा है तो जे ना भी होए तो असं उ ही हाँ बहुत खूब बहुत बाकी चलो कोई मजीद साहब दुआ करी छोड़ो लमरदार साहब वास्तै संगी हो अल्लाह ताला इन्हां की कामयाबी दे साडे तां ए दुआ आ तुसीं दुआ करो जी आमीन आमीन जने को कैमरे आले खलो ते खलो सारियां देना ते फोटो बनाओ जी।